हेलो एवरीवन टुडे वी विल डिस्कस द टॉपिक सोडियम पोटेशियम पंप बायोलॉजिकल सिस्टम ਦੇ ਵਿੱਚ ਦੋ ਤਰ੍ਹਾਂ ਦੇ ਮੈਟਲਸ ਹੁੰਦੇ ਆ ਦੈਟ ਆਰ ਐਲਕਲੀ ਮੈਟਲਸ ਐਂਡ ਐਲਕਲਾਈਨ ਅਰਥ ਮੈਟਲਸ ਐਲਕਲੀ ਮੈਟਲਸ ਦੇ ਵਿੱਚ ਹੁੰਦੇ ਆ ਸੋਡੀਅਮ ਆਇਨਸ ਪੋਟੇਸ਼ੀਅਮ ਆਇਨਸ ਤੇ ਐਲਕਲਾਈਨ ਅਰਥ ਮੈਟਲਸ ਦੇ ਵਿੱਚ ਮੈਗਨੀਸ਼ੀਅਮ ਆਇਨਸ ਕੈਲਸ਼ੀਅਮ ਆਇਨਸ ਮੈਗਨੀਸ਼ੀਅਮ ਆਇਨਸ ਐਂਡ ਪੋਟੇਸ਼ੀਅਮ ਆਇਨਸ ਆਰ ਪ੍ਰੈਜ਼ੈਂਟ ਇਨ ਹਾਇਰ ਕਨਸੈਂਟਰੇਸ਼ਨ ਇਨਸਾਈਡ ਦਾ ਸੈਲ ਮੈਗਨੀਸ਼ੀਅਮ ਆਇਨਸ ਤੇ ਪੋਟੇਸ਼ੀਅਮ ਆਇਨਸ ਦੀ ਜਿਹੜੀ ਕਨਸੈਂਟਰੇਸ਼ਨ ਆ ਉਹ ਇਨਸਾਈਡ ਦਾ ਸੈਲ ਜ਼ਿਆਦਾ ਹੁੰਦੀ ਹੈ ਜਦ ਕਿ ਸੋਡੀਅਮ ਆਇਨਸ ਤੇ ਕੈਲਸ਼ੀਅਮ ਆਇਨਸ ਦੀ ਜਿਹੜੀ ਕਨਸੈਂਟ੍ਰੇਸ਼ਨ ਆ ਆਊਟਸਾਈਡ ਦਾ ਸੈੱਲ ਹੁੰਦੀ ਆ ਸੋਡੀਅਮ ਆਇਨ ਐਂਡ ਪੋਟਾਸ਼ੀਅਮ ਆਇਨਸ ਪਲੇ ਵੈਰੀ ਸਿਗਨੀਫੀਕੈਂਟ ਰੋਲ ਇਨ ਟ੍ਰਾਂਸਪੋਰਟ ਵਿਚ ਇਜ਼ ਵੈਰੀ ਇੰਪੋਰਟੈਂਟ ਫੋਰ ਕਿਡਨੀਜ਼ ਸੋਡੀਅਮ ਆਇਨਸ ਤੇ ਜਿਹੜੀ ਪੋਟਾਸ਼ੀਅਮ ਆਇਨਸ ਦਾ ਸਿਗਨੀਫੀਕੈਂਟ ਰੋਲ ਪਲੇ ਕਰਦੇ ਆ ਟ੍ਰਾਂਸਪੋਰਟ ਦੇ ਲਈ ਜਿਹੜੇ ਕਿ ਕਿਡਨੀਜ਼ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ ਵਿਚ ਮਸਟ ਪ੍ਰੀਜ਼ਰਵ ਦਾ ਪ੍ਰੋਪਰ ਕਨਸੈਂਟ੍ਰੇਸ਼ਨ ਆਫ ਥੀਸ ਵਾਈਟਲ ਆਇਨਸ ਇਨ ਦਾ ਬਾਡੀ ਬਾਈ ਕਨਜ਼ਰਵਿੰਗ ਸੋਡੀਅ ਸੈਕ੍ਰੇਟਿੰਗ ਮੀਨਸ ਪ੍ਰੋਡਿਊਸ ਪੋਟਾਸ਼ੀਅਮ ਆਇਨ ਜਿਹੜੇ ਕਿ ਆਪਣੀ ਬੋਡੀ ਦੇ ਵਿੱਚ ਇਹਨਾਂ ਦੋਨਾਂ ਆਇਨਸ ਦੀ ਕਨਸੈਂਟਰੇਸ਼ਨ ਨੂੰ ਮੇਨਟੇਨ ਕਰਕੇ ਰੱਖਦੇ ਆ ਬਾਈ ਕੰਜ਼ਰਵਿੰਗ ਸੋਡੀਅਮ ਆਇਨ ਇੱਕ ਕਰਦੇ ਵੀ ਆਪਣੀ ਬੋਡੀ ਦੇ ਵਿੱਚ ਇਹਨਾਂ ਸੋਡੀਅਮ ਆਇਨਸ ਤੇ ਪੋਟਾਸ਼ੀਅਮ ਆਇਨਸ ਦੀ ਕਨਸੈਂਟਰੇਸ਼ਨ ਨੂੰ ਮੇਨਟੇਨ ਕਰਨ ਦੇ ਲਈ ਸੋਡੀਅਮ ਆਇਨਸ ਨੂੰ ਕੀ ਕੰਜ਼ਰਵ ਕਰ ਲੈਂਦੇ ਆ ਤੇ ਪੋਟਾਸ਼ੀਅਮ ਆਇਨਸ ਨੂੰ ਕੀ ਕਰਦੇ ਆ ਪ੍ਰੋਡਿਊਸ ਕਰਦੇ ਆ ਆਲ ਮੈਮੈਲੀਅਨ ਸੈਲਸ ਕੰਟੇਨ high concentration of potassium ions and low concentration of sodium ions mammalian cells aise vich ki hunda hai jede potassium ions da ohna di concentration zyada hundi jadd ki sodium ions di concentration ki hundi hai low hundi hai while the blood plasma and most other cell extracellular fluids have high concentration of sodium ions ਐਂਡ ਲੋ ਕਨਸੈਂਟਰੇਸ਼ਨ ਆਫ ਪੋਟਾਸ਼ੀਅਮ ਆਇਨਸ ਜਿਹੜੇ ਕਿ ਜਾਂ ਬਲੱਡ ਪਲਾਜ਼ਮਾ ਹੁੰਦੇ ਜਾਂ ਫਿਰ ਐਕਸਟਰਾ ਸੈਲੂਲਰ ਫਲੂਇਡਸ ਹੁੰਦੇ ਆ ਉਹਨਾਂ ਦੇ ਉਹਨਾਂ ਦੇ ਵਿੱਚ ਕੀ ਆ ਜਿਹੜੀ ਸੋਡੀਅਮ ਆਇਨਸ ਆ ਉਹਨਾਂ ਦੀ ਕਨਸੈਂਟਰੇਸ਼ਨ ਜ਼ਿਆਦਾ ਹੁੰਦੀ ਆ ਤੇ ਜਿਹੜੀ ਪੋਟਾਸ਼ੀਅਮ ਆਇਨਸ ਉਹਨਾਂ ਦੀ ਕਨਸੈਂਟਰੇਸ਼ਨ ਕੀ ਆ ਲੋ ਹੁੰਦੀ ਆ ਸੋਡੀਅਮ ਸੋਡੀਅਮ ਆਇਨ ਐਂਡ ਪੋਟਾਸ਼ੀਅਮ ਆਇਨ ਟ੍ਰਾਂਸਪੋਰਟ ਸੋਡੀਅਮ ਆਇਨਸ ਆਰ ਰਿਕੁਆਇਰਡ ਇਨ ਦਾ ਸੈਲ ਫੋਰ ਇੰਪੋਰਟੈਂਟ ਇਨ ਨਰਵ ਐਕਸ਼ਨ ਐਂਡ ਫੰਕਸ਼ਨ ਆਫ ਹਾਰਟ ਜਿਹੜੀ ਸੋਡੀਅਮ ਆਇਨਸ ਆ ਉਹ ਕਿ ਨਰਵ ਐਕਸ਼ਨ ਦੇ ਵਿੱਚ ਇੰਪੋਰਟੈਂਟ ਹੁੰਦੀ ਹੈ ਤੇ ਫੰਕਸ਼ਨ ਆਫ ਹਰਟ ਦੇ ਵਿੱਚ ਮੇਜਰ ਕੰਪੋਨੈਂਟ ਆਫ ਬਲੱਡ ਪਲਾਜ਼ਮਾ ਸੋਡੀਅਮ ਆਇਨਸ ਕਿਹਾ ਬਲੱਡ ਪਲਾਜ਼ਮਾ ਦਾ ਕਿ ਮੇਜਰ ਕੰਪੋਨੈਂਟ ਆ ਇੰਪੋਰਟੈਂਟ ਇਨ ਐਕਟੀਵੇਸ਼ਨ ਆਫ ਸਮ ਏਨਜ਼ਾਈਮ ਸੋਡੀਅਮ ਆਇਨਸ ਦੇ ਕਿਹਾ ਕਿਸੇ ਐਨਜ਼ਾਈਮ ਦੀ ਐਕਟੀਵੇਸ਼ਨ ਨੂੰ ਵੀ ਫੇਵਰ ਕਰਦੇ ਆ ਰਿਸਪੌਂਸੀਬਲ ਫੋਰ ਟ੍ਰਾਂਸਪੋਰਟ ਆਫ ਗਲੂਕੋਸ ਸੋਡੀਅਮ ਆਇਨਸ ਕਿਹਾ ਗਲੂਕੋਸ ਦੇ ਟ੍ਰਾਂਸਪੋਰਟ ਲਈ ਵੀ ਹੈਲਪ ਕਰਦੇ ਆ ਦਾ Potassium ions are required in the cell for glucose metabolism and protein synthesis. There are potassium ions are cells which the required for glucose metabolism and protein synthesis. Most animal cells have high concentration of potassium ion that is 0 0.15 molar and low concentration of sodium ion. ਅਪਰੋਕਸੀਮੇਟ 0.01 ਮੋਲਰ ਇਨਸਾਈਡ ਦਾ ਸੈੱਲ ਇਨਸਾਈਡ ਐਨੀਮਲ ਸੈਲਸ ਦੇ ਵਿੱਚ ਇਨਸਾਈਡ ਦਾ ਸੈੱਲ ਜਿਹੜੇ ਕਿ ਆ ਪੋਟਾਸ਼ੀਅਮ ਆਇਨਸ ਦੀ ਕਨਸੈਂਟਰੇਸ਼ਨ ਜ਼ਿਆਦਾ ਹੁੰਦੀ ਹੈ ਜਿਹੜੀ ਕਿ 0.15 ਮੋਲਰ ਐਂਡ ਲੋ ਕਨਸੈਂਟਰੇਸ਼ਨ ਆਫ ਸੋਡੀਅਮ ਆਇਨ ਹੁੰਦੀ ਆ ਅਬ ਅਪਰੋਕਸੀਮੇਟ 0.01 ਮੋਲਰ ਹਾਊਐਵਰ in fluids outside the cell the concentration of sodium ion is high ਦੈਟ ਇਜ਼ ਅਪਰੋਕਸੀਮੇਟ 0.15 ਮੋਲਰ ਜਦ ਕਿ ਫਲੂਇਡਸ ਦੇ ਵਿੱਚ ਆਊਟਸਾਈਡ ਦਾ ਸੈਲ ਜਿਹੜੀ ਕਨਸੈਂਟਰੇਸ਼ਨ ਆ ਸੋਡੀਅਮ ਆਇਨਸ ਦੀ ਜ਼ਿਆਦਾ ਹੁੰਦੀ ਆ ਦੈਟ ਇਜ਼ 0.15 ਮੋਲਰ ਵਾਈਲ ਦੈਟ ਆਫ ਪੋਟਾਸ਼ੀਅਮ ਇਜ਼ ਵੈਰੀ ਲੋ ਅਬਾਊਟ 0.04 ਮੋਲਰ ਤੇ ਜਿਹੜੇ ਕਿ ਆਊਟਸਾਈਡ ਦਾ ਸੈਲ ਫਲੂਇਡਸ ਦੇ ਵਿੱਚ ਪੋਟਾਸ਼ੀਅਮ ਆਇਨਸ ਦੀ ਕਨਸੈਂਟਰੇਸ਼ਨ ਬਹੁਤ ਜ਼ਿਆਦਾ ਲੋ ਹੁੰਦੀ ਆ ਦੈਟ ਇਜ਼ 0.04 ਮੋਲਰ 10 because of large concentration gradient inside and outside the cells the transport of sodium ion into the cells favored jyada concentration difference aan de karke jehda ki sodium ion sa, ions da jehda transfer ho ok ya favor kita janda hai therefore the sodium entering the cell must be pumped out again from the cell to maintain concentration sodium ions ki jehde ki cell de vich enter karde unna nu pump kita janda hai again and again टू मेनटेन कंसंट्रेस इनसाइड एंड आउटसाइड द इन समल्स ईच ए टीपी मोलीक्यूल ऑन हाइड्रोलिसिस टू ए टी पी ट्रांसपोर्ट थ्री सोडियम आइन आउट ऑफ द सैल एंड टू पोटाशियम आइन इन टू द सैल कहते जेड कि ए टीपी मोलीक्यूल से जो हाइड्रोलिसिस होंगी पी द ट्रांसपोर्ट करते हैं तीन सोडियम आइन आउट द आउट ऑफ द सैल एंड ਦੋ ਪੋਟਾਸ਼ੀਅਮ ਆਇਨਸ ਨੂੰ ਕੀ ਹੈ ਇੰਟੂ ਦਾ ਸੈਲ ਕੀ ਹੈ ਟਰਾਂਸਪੋਰਟ ਕਰ ਏਟੀਪੀ ਮੀਨਸ ਐਡੀਨੋਸਾਈਨ ਟ੍ਰਾਈਫੋਸਫੇਟ ਜਿਹੜਾ ਕੀ ਆ ਹਾਈਡਰੋਲਿਸਿਸ ਤੇ ਹਾਈਡਰੋਲਿਸਿਸ ਤੋਂ ਹੋ ਕੇ ਆਪਣੇ ਕੋਲ ਕੀ ਆਪਾਂ ਦਿੰਦਾ ਹੈ ਏਡੀਪੀ ਹੁਣ ਇੱਕ ਇਹਨੂੰ ਹੁਣ ਆਪਾਂ ਇੱਕ ਰਿਐਕਸ਼ਨ ਦੇ ਨਾਲ ਦੱਸ ਸਕਦੇ ਹਾਂ ਦੈਟ ਇਜ਼ ਏ ਟੀ ਪੀ 4 ਨੈਗੇਟਿਵ ਪਲੱਸ ਵਾਟਰ ਪਲੱਸ 3 ਐਨਏ ਪੋਜ਼ਿਟਿਵ ਦੈਟ ਇਜ਼ ਇਨਸਾਈਡ ਦਾ ਸੈਲ ਪਲਸ 2 ਕੇ ਪੋਜ਼ਿਟਿਵ ਥੈਟ ਇਜ਼ ਆਊਟਸਾਈਡ ਦਾ ਸੈਲ ਹਾਈਡਰੋਲਿਸਿਸ ਹੋਣ ਤੋਂ ਬਾਅਦ ਜਿਹੜਾ ਕਿ ਏਡੀਪੀ ਆ ਉਹ ਚੇਂਜ ਹੋ ਜਾਣਾ ਆ ਏਡੀਪੀ ਦੇ ਵਿੱਚ ਤੇ ਇਹਨੇ ਆਪਣੇ ਨਾਲ ਟ੍ਰਾਂਸਫਰ ਕਰਨੀਆਂ ਦੋ ਪੋਟਾਸ਼ੀਅਮ ਆਇਨਸ ਇਨਸਾਈਡ ਦਾ ਸੈਲ ਤੇ 10 ਸੋਡੀਅਮ ਆਇਨਸ ਆਊਟਸਾਈਡ ਦਾ ਸੈਲ ਤੇ ਨਾਲ ਕੇ ਨੇ ਇੱਕ ਕੰਪਲੈਕਸ ਬਣਾਉਣਾ ਹੈ H2PO4 ਨੈਗੇਟਿਵ ATP ਨੇ ਹਾਈਡਰੋਲਿਸਿਸ ਜਦੋਂ ਹੋਣਾ ਹੈ ਤਾਂ ਉਹਦੇ ਨਾਲ ਕੀ ਤਿੰਨ ਸੋਡੀਅਮ ਆਇਨਸ ਤਿੰਨ ਸੋਡੀਅਮ ਆਇਨਸ ਆ ਜਿਹੜੇ ਕਿ ਆ ਇਨਸਾਈਡ ਦਾ ਸੈੱਲ ਆ ਉਹ ਟ੍ਰਾਂਸਫਰ ਹੋਣੇ ਆ ਆਊਟਸਾਈਡ ਦਾ ਸੈੱਲ ਤੇ ਜਿਹੜੇ ਦੋ ਪੋਟਾਸ਼ੀਅਮ ਆਇਨਸ ਆ ਆਊਟਸਾਈਡ ਦਾ ਸੈੱਲ ਆ ਉਹ ਕਿਹਾ ਟ੍ਰਾਂਸਫਰ ਹੋਣੇ ਆ ਇਨਸਾਈਡ ਦਾ ਸੈੱਲ ਤੇ ਨਾਲ ਜਿਹੜੇ ਏਟੀਪੀ ਨੇ ਕਨਵਰਟ ਹੋਣਾ ਹਾਈਡਰੋਲਿਸਿਸ ਹੋ ਕੇ ਏਡੀਪੀ ਦੇ ਵਿੱਚ ਏਟੀਪੀ मींस ਐਡੀਨੋਸਾਈਨ ਟ੍ਰਾਈਫਾਸਫੇਟ ਅਗਿਆ ਰੋਲ ਆਫ ਐਨਜ਼ਾਈਮ ਸੋਡੀਅਮ ਐਂਡ ਪੋਟਾਸ਼ੀਅਮ ਆਇਨ ਏਟੀਪੀ ਇਸ ਇਨ ਸੋਡੀਅਮ ਪੋਟਾਸ਼ੀਅਮ ਪੰਪ ਇਨ 1915 7 ਜੇਨਸ ਕੋ ਹੈਸ ਡਿਸਕਵਰਡ ਥੈਟ ਮੈਂਬਰੇਨ ਵਿਦ ਸੋਡੀਅਮ ਪੰਪ ਵਰ ਫਾਊਂਡ ਟੂ ਕੰਟੇਨ ਐਨ ਐਨਜ਼ਾਈਮ ਐਡੀਨੋਸਾਈਨ ਟ੍ਰਾਈਫਾਸਫੇਟ 1957 ਦੇ ਵਿੱਚ ਜੀਨਸ ਕੌਣ ਨੇ ਡਿਸਕਵਰਡ ਕੀਤਾ ਸੀ ਕਿ ਜਿਹੜਾ ਸੋਡੀਅਮ ਪੰਪ ਆ ਉਹ ਇੱਕ এনਜ਼ਾਈਮ ਨੂੰ ਕੰਟੇਨ ਕਰਦਾ ਹੈ ਏਟੀਪੀ ਨੂੰ ਜਿਹਦਾ ਮਤਲਬ ਹੈਗਾ ਐਡੀਨੋਸਾਈਨ ਟ੍ਰਾਈਫਾਸਫੇਟ ਸੋਡੀਅਮ ਪੋਟਾਸ਼ੀਅਮ ਪੰਪ ਦੇ ਵਿੱਚ ਜਿਹੜੀ એનર્ਜੀ ਆ ਉਹ ਏਟੀਪੀ ਮੋਲੀਕੂਲ ਹੀ ਪ੍ਰੋਵਾਈਡ ਕਰਦਾ ਹੈ ਸਿੰਸ ਇਟ ਇਜ਼ ਐਕਟੀਵੇਟਡ ਬਾਈ ਸੋਡੀਅਮ ਆਇਨ ਐਂਡ ਪੋਟਾਸ਼ੀਅਮ ਆਇਨ ਥਿਸ ਏਟੀਪੀਜ਼ এনਜ਼ਾਈਮ ਇਜ਼ ਆਲਸੋ ਕਾਲਡ ਸੋਡੀਅਮ ਪੋਟਾਸ਼ੀਅਮ ਐਕਟੀਵੇਟਰ ਜਿਹੜੇ ਏਟੀਪੀ ਹੁੰਦੇ ਆ ਉਹ ਕੀ ਐਕਟੀਵੇਟ ਕਰ ਕਾਦੇ ਨਾਲ ਹੁੰਦੇ ਆ ਸੋਡੀਅਮ ਆਇਨਸ ਐਂਡ ਪੋਟਾਸ਼ੀਅਮ ਆਇਨਸ ਇਸ ਕਰਕੇ ਇਹਨੂੰ ਆਪਾਂ ਕੀ ਕਹਿ ਸਕਦੇ ਆ ਸੋਡੀਅਮ ਪੋਟਾਸ਼ੀਅਮ ਆਇਨ ਐਕਟੀਵੇਟਡ ਏਟੀਪੀਸ ਔਰ ਸੋਡੀਅਮ ਆਇਨ ਪੋਟਾਸ਼ੀਅਮ ਆਇਨ ਏਟੀਪੀਸ ਇਟ ਹੈਜ਼ ਬੀ ਸ਼ੋਨ ਟੂ ਬੀ ਰਿਸਪੋਨਸੀਬਲ ਫੋਰ ਦਾ ਐਕਸ਼ਨ ਆਫ ਸੋਡੀਅਮ ਪੋਟਾਸ਼ੀਅਮ ਪੰਪ ਜਿਹੜਾ ਕਿ ਆਪਣੇ ਕੋਲ ਕੀ ਹੈ ਏਟੀਪੀ ਆ ਸੋਡੀਅਮ ਆਇਨਸ ਆ ਪੋਟਾਸ਼ੀਅਮ ਆਇਨਸ ਆ ਤਿੰਨੋਂ ਕੀ ਰਿਸਪੌਂਸਿਬਲ ਆ ਫੋਰ ਦਾ ਐਕਸ਼ਨ ਆਫ ਸੋਡੀਅਮ ਪੰਪ ਦਾ ਸੋਡੀਅਮ ਆਇਨ ਪੋਟਾਸ਼ੀਅਮ ਆਇਨ ਏਟੀਪੀ ਇਸ ਟਾਈਟਲੀ ਬਾਉਂਡ ਟੂ ਦਾ ਮੈਂਬਰੇਨ ਐਂਡ ਦਾ ਐਨਜ਼ਾਈਮ ਰਿਕਵਾਇਰਡ ਸੋਡੀਅਮ ਆਇਨ ਪੋਟਾਸ਼ੀਅਮ ਆਇਨਸ ਐਂਡ ਮੈਗਨੀਸ਼ੀਅਮ ਆਇਨ ਔਰ ਫੋਰ ਆਪਟਿਮਮ ਐਕਟੀਵਿਟੀ ਜਿਹੜਾ ਕਿ ਆ ਏਟੀਪੀ ਆ ਉਹ ਕਿ ਟਾਈਟਲੀ ਬਾਉਂਡ ਹੁੰਦਾ ਹੈ ਕਾਦੇ ਨਾਲ ਮੈਂਬਰੇਨ ਦੇ ਨਾਲ ਤੇ ਉਹਨੂੰ ਕਿ ਟ੍ਰਾਂਸਫਰ ਕਰਨ ਦੇ ਲਈ ਕਿ ਆਇਨਸ ਚਾਹੀਦੇ ਆਪਣੇ ਕੋਲ ਜਿਹੜੇ ਸੋਡੀਅਮ ਆਇਨਸ ਪੋਟਾਸ਼ੀਅਮ ਆਇਨਸ ਤੇ ਮੈਗਨੀਸ਼ੀਅਮ ਆਇਨਸ ਦਾ ਫੋਲੋਇੰਗ ਆਬਜ਼ਰਵੇਸ਼ਨਸ ਪ੍ਰੋਵਾਈਡ ਐਵਿਡੈਂਸ ਫੋਰ ਸੋਡੀਅਮ ਆਇਨ ਪੋਟਾਸ਼ੀਅਮ ਆਇਨ ਏਟਪੀਐਸ ਐਜ਼ ਐਨ ਇੰਟੀਗਰਲ ਪਾਰਟ ਆਫ ਸੋਡੀਅਮ ਪੋਟਾਸ਼ੀਅਮ ਪੰਪ ਅੱਗੇ ਕੀ ਆਣ ਆਪਾਂ ਅਗੇ ਦੇ ਪ੍ਰੋਪਰਟੀਆਂ ਡਿਸਕਸ ਕਰਾਂਗੇ ਦਾ ਸੋਡੀਅਮ ਆਇਨ ਪੋਟਾਸ਼ੀਅਮ ਆਇਨ ਏਟਪੀਐਸ ਇਜ਼ ਪ੍ਰੈਜ਼ੈਂਟ ਵੇਅਰਐਵਰ ਸੋਡੀਅਮ ਆਇਨ ਐਂਡ ਪੋਟਾਸ਼ੀਅਮ ਆਰ ਐਕਟੀਵੇਟਲੀ transported the enzymatic activity is activity is quantitatively correlated with the extent of iron transport jehde atp molecule hunde a oh kia jithe present hunde utthe kia sodium te potassium ions kia transport hunde a atps are responsible for the transfer of sodium ion and potassium ions the enzymatic activity is qualitative quantitatively correlated with the extent of ion transport so the enzyme activity correlate correlated ke extent of ion transport for example the nerve cells are rich in sodium ion potassium ion atps and so nerve cells are rich in ਸੋਡੀਅਮ ਆਇਨ ਪੋਟਾਸ਼ੀਅਮ ਆਇਨ ਏਟੀਪੀਸ ਐਂਡ ਸੋਡੀਅਮ ਆਇਨ ਪੋਟਾਸ਼ੀਅਮ ਆਇਨ ਪੰਪਸ ਨਰਵ ਸੈਲ ਹੁੰਦੇ ਜਿਹੜੇ ਕਿ ਰਿਚ ਹੁੰਦੇ ਆ ਸੋਡੀਅਮ ਆਇਨ ਪੋਟਾਸ਼ੀਅਮ ਆਇਨ ਏਟੀਪੀਸ ਤੇ ਸੋਡੀਅਮ ਆਇਨ ਪੋਟਾਸ਼ੀਅਮ ਆਇਨ ਪੰਪ ਔਨ ਦਾ ਅਦਰ ਹੈਂਡ ਰੈਡ ਪਲਸ ਸੈਲਸ ਹੈਵ ਲੋ ਲੈਵਲਸ ਆਫ ਬੋਥ ਸੋਡੀਅਮ ਆਇਨ ਪੋਟਾਸ਼ੀਅਮ ਆਇਨ ਏਟੀਪੀਸ ਐਂਡ ਸੋਡੀਅਮ ਆਇਨ ਪੋਟਾਸ਼ੀਅਮ ਆਇਨ ਪੰਪਸ ਜਿਹੜੇ ਕਿ ਰੈਡ ਬਲੱਡ ਸੈਲਸ ਆ ਉਹਨਾਂ ਦੇ ਵਿੱਚ ਕੀ ਆ ਲੋ ਲੈਵਲਸ ਹੁੰਦੇ ਆ ਸੋਡੀਅਮ ਆਇਨ ਪੋਟਾਸ਼ੀਅਮ ਆਇਨ ਏਟੀਪੀਸ ਤੇ ਸੋਡੀਅਮ ਆਇਨ ਪੋਟਾਸ਼ੀਅਮ ਆਇਨ ਪੰਪ ਤੇ ਬੋਥ Sodium-Na+ potassium-K+ ATPs and sodium-Na+ potassium-K+ pump are tightly associate with the plasma membrane. Jehde ki sodium-Na+ potassium-K+ ATPs and sodium-Na+ potassium-K+ pump hunde a oh ki tightly associate hunde a kaade naal plasma membrane de naal. Both sodium-Na+ potassium-K+ ATPs and sodium-Na+ potassium-K+ pump have same orientation in the plasma membrane. ਸੋਡੀਅਮ ਆਇਨ ਤੇ ਪੋਟਾਸ਼ੀਅਮ ਆਇਨ ਏਟੀਪੀਸ ਤੇ ਸੋਡੀਅਮ ਆਇਨ ਪੋਟਾਸ਼ੀਅਮ ਆਇਨ ਪੰਪ ਦੀ ਕੀ ਆ ਸੇਮ ਕਨਸੈਂਟਰੇਸ਼ਨ ਓਰੀਐਂਟੇਸ਼ਨ ਹੁੰਦੀ ਆ ਪਲਾਜ਼ਮਾ ਮੈਂਬਰੇਨ ਦੇ ਵਿੱਚ ਦੋਨਾਂ ਦੀ ਕੀ ਆ ਓਰੀਐਂਟੇਸ਼ਨ ਕੀ ਆ ਪਲਾਜ਼ਮਾ ਮੈਂਬਰੇਨ ਦੇ ਵਿੱਚ ਸੇਮ ਆ ਦਾ ਵੇਰੀਏਸ਼ਨ ਇਨ ਦਾ ਕਨਸੈਂਟਰੇਸ਼ਨ ਆਫ ਸੋਡੀਅਮ ਆਇਨ ਐਂਡ ਪੋਟਾਸ਼ੀਅਮ ਆਇਨ ਅਫੈਕਟਸ ਦਾ ਏਟੀਪੀਸ ਐਕਟੀਵਿਟੀ ਐਂਡ ਔਨ ਦਾ ਰੇਟ ਆਫ ਟਰਾਂਸਪੋਰਟ ਆਫ ਥੀਸ ਆਇਨਸ ਜਿਹੜੇ ਕੀ ਆ ਸੋਡੀਅਮ ਆਇਨ ਤੇ ਪੋਟਾਸ਼ੀਅਮ ਆਇਨਸ ਦੀ ਕਨਸੈਂਟ੍ਰੇਸ਼ਨ ਦੇ ਵਿੱਚ ਜਿਹੜੀ ਜਿਹੜੀ ਵੇਰੀਏਸ਼ਨ ਹੁੰਦੀ ਆ ਉਹ ਇਫੈਕਟ ਕਰਦੀ ਆ ਏਟੀਪੀਸ ਦੀ ਐਕਟੀਵਿਟੀ ਨੂੰ ਤੇ ਟ੍ਰਾਂਸਪੋਰਟ ਆਫ ਥੀਸ ਆਇਨਸ ਨੂੰ ਆਇਨਸ ਦਾ ਟ੍ਰਾਂਸਪੋਰਟ ਕੀਆ ਕਰਨਾ ਇਫੈਕਟ ਹੁੰਦਾ ਹੈ ਸੋਡੀਅਮ ਆਇਨ ਤੇ ਪੋਟਾਸ਼ੀਅਮ ਆਇਨਸ ਦੀ ਕਨਸੈਂਟ੍ਰੇਸ਼ਨ ਦੇ ਵਿੱਚ ਜਿਹੜੀ ਕੀ ਇਹ ਵੇਰੀਏਸ਼ਨ ਆਉਂਦੀ ਆ ਉਹਦੇ ਨਾਲ ਇਫੈਕਟ ਹੁੰਦਾ ਆ da sodium ion potassium ion pump can be reversed under suitable conditions aapak jehde sodium ion potassium ion pump nu ke reverse kar sakde hain suitable condition te under so that atp may be synthesized from adp and phosphate group aapak je sodium ion potassium ion nu reverse kar sakde hain taaki jehde kia atp nu aap paaprat kar sakkiye from adp and phosphate group फॉस्फेट ग्रुप अपने को प्राप्त होया कि जो आप एटीपी हाइड्रोलिसिस किया एच टू पी ओ फोर नैगेटिव तो आप इन ए एपी तो एच टू पी ओ फोर फोर तो आप एटीपी प्राप्त कर सकते हैं सोडियम पोटाशियम पंप में रिवर्स करके सुटेबल कंस सुटेबल कंडीशन के अंडर बोथ सोडियम आइन पोटाशियम आइन एटीपीज एंड सोडियम आइन पोटाशियम आइन पंप आर स्पैसीफिशली इनहाइटेड बाय कार्डिटोनिक स्टीरियोड एक ही आप ਸਪੈਸੀਫਿਕਲੀ ਇਨਹਾਈਬਿਟੇਡ ਕਹਿੰਦੇ ਕਾ ਦੇ ਨਾਲ ਕਾਰਡੀਓਟੋਨਿਕ ਸਟੀਰੋਇਡਸ ਨਾਲ ਇਟ ਹੈਜ਼ ਆਲਸੋ ਬੀਨ ਆਬਜ਼ਰਵਡ ਦੈਟ ਦਾ ਰਿਕੁਆਇਰਮੈਂਟ ਫੋਰ ਸੋਡੀਅਮ ਆਇਨਸ ਇਜ਼ ਵੈਰੀ ਸਪੈਸੀਫਿਕ ਐਂਡ ਨੋ ਅਦਰ ਆਇਨ ਕੈਨ ਬੀ ਰਿਪਲੇਸ ਇਟ ਸੋਡੀਅਮ ਆਇਨ ਤੇ ਪੋਟਾਸ਼ੀਅਮ ਆਇਨ ਪੱਪ ਦੇ ਵਿੱਚ ਕੀ ਹੈ ਜਿਹੜੀ ਕੀ ਆ ਸੋਡੀਅਮ ਆਇਨਸ ਨੂੰ ਕਿ ਕੋਈ ਵੀ ਆਇਨ ਰਿਪਲੇਸ ਨਹੀਂ ਕਰ ਸਕਦੀ ਜਦ ਕਿ ਪੋਟਾਸ਼ੀਅਮ ਆਇਨਸ ਨੂੰ ਆਪਾਂ ਰਿਪਲੇਸ ਕਰਦੇ ਆ ਕਾਦੇ ਨਾਲ ਕਰ ਸਕਦੇ ਆ ਕਾਦੇ ਨਾਲ ਰੂਬੀਡੀਅਮ ਆਇਨ ਸੀਜ਼ੀਅਮ ਆਇਨ ਜਾਂ NH4 ਪੋਜ਼ਿਟਿਵ ਆਇਨਸ ਨਾਲ ਸੋਡੀਅਮ ਆਇਨ ਕਿਰਿਆ ਕੀਆ ਐਸੈਂਸ਼ੀਅਲ ਪਾਰਟ ਹੈ ਇੱਕ ਸੋਡੀਅਮ ਪੋਟਾਸ਼ੀਅਮ ਪੰਪ ਦਾ ਉਹਨੂੰ ਆਪਾਂ ਕਿਸੇ ਵੀ ਆਇਨਸ ਦੇ ਨਾਲ ਰਿਪਲੇਸ ਨਹੀਂ ਕਰ ਸਕਦੇ that transport and engy, enzymatic studies have shown that sodium mine potassium mine pump is oriented in the following ways ਕਹਿੰਨਾ ਜੇ ਆਪਣੇ ਲਈ ਸੋਡੀਅਮ ਆਇਨ ਜਿਹੜਾ ਪੋਟਾਸ਼ੀਅਮ ਆਇਨ ਪੰਪ ਆ ਉਹ ਕਿਆ ਓਰੀਐਂਟਡ ਹੁੰਦਾ ਫੋਲੋਇੰਗ ਵੇਸ ਕੈਨ ਹੈ ਜੇ ਆਪਣੇ ਲਈ ਸੋਡੀਅਮ ਆਇਨ ਜਿਹੜਾ ਪੋਟਾਸ਼ੀਅਮ ਆਇਨ ਪੰਪ ਆ ਉਹ ਕਿਆ ਓਰੀਐਂਟਡ ਹੁੰਦਾ ਫੋਲੋਇੰਗ ਵੇਸ ਦੇ ਵਿੱਚ ਸੋਡੀਅਮ ਆਇਨ must be inside and potassium ion must be outside the cell to activate ATPs and to transport ਜਿਹੜੇ ਕਿ ਆਪਣੇ ਕੋਲ ਸੋਡੀਅਮ ਆਇਨਸ ਆ ਉਹ ਇਨਸਾਈਡ ਦਾ ਸੈਲ ਹੋਣੇ ਚਾਹੀਦੇ ਆ ਤੇ ਜਿਹੜੇ ਪੋਟਾਸ਼ੀਅਮ ਆਇਨਸ ਹੋ ਕੇ ਆਊਟਸਾਈਡ ਦਾ ਸੈਲ ਹੋਣੇ ਚਾਹੀਦੇ ਤਾਂ ਕਿ ਜਿਹੜੇ ਕਿ ਆਪਾਂ ਏਟੀਪੀਜ਼ ਨੂੰ ਐਕਟੀਵੇਟ ਕਰ ਸਕੀਏ ਐਂਡ ਟਰਾਂਸਪੋਰਟ ਆਇਨਸ ਨੂੰ ਟ੍ਰਾਂਸਪੋਰਟ ਕਰ ਸਕੀਏ ਏਟੀਪੀ ਇਜ਼ ਐਨ ਇਫੈਕਟਿਵ ਸਬਸਟ੍ਰੇਟ ਫੋਰ ਦਾ ਏਟੀਪੀਸ ਐਂਡ ਪੰਪ ਓਨਲੀ ਵੈਨ ਇਟ ਇਜ਼ ਪ੍ਰੈਜ਼ెంట్ ਇਨਸਾਈਡ ਦਾ ਸੈਲ ਕਹਿੰਦਾ ਏਟੀਪੀ ਆ ਕਿਹੜਾ ਕਿਹਾ ਏਟੀਪੀ ਕਿ ਐਫੈਕਟਿਵ ਸਬਸਟ੍ਰੇਟ ਆ ਤੇ ਉਹਦੇ ਹੀ ਪੰਪ ਕਰ ਸਕਦਾ ਜਦੋਂ ਕਿ ਇਹ ਕੀ ਹੈ ਇਨਸਾਈਡ ਦਾ ਸੈਲ ਪ੍ਰੈਜ਼ెంట్ ਹੋਵੇ ਵੈਨ ਐਡਿਟ inhibit that the pump and the atp's only when it is present inside the cell candidate v5 positive i now inhibits the pump and atp's only when it is present inside the cell ਜਿਹੜਾ ਕਿ ਆਪਣਾ v5 ਉਦੋਂ ਹੀ ਪੰਪ ਨੂੰ ਇਨਹਿਬਿਟ ਕਰ ਸਕਦਾ ਹੈ ਜਦੋਂ ਕਿ ਇਹ ਇਨਸਾਈਡ ਦਾ ਸੈੱਲ ਪ੍ਰੈਜ਼ੈਂਟ ਹੋਵੇ the steroids cardiotonic steroids inhibit the pump and atp's when they are present outside the cell ਸੋਡੀਅਮ ਪੋਟਾਸ਼ੀਅਮ ਪੰਪ ਨੂੰ ਆਪਾਂ ਕਿ ਇੱਕ ਡਾਇਗਰਾਮ ਦੇ ਨਾਲ ਡਿਸਕ੍ਰਾਈਬ ਕਰ ਸਕਦੇ ਹਾਂ ਜਿਹੜੇ V5 ਆਇਨਸ B5 ਪੋਜ਼ਿਟਿਵ ਆਇਨਸ ਆ ਉਹ ਕਿ ਇਨਸਾਈਡ ਦਾ ਸੈੱਲ ਕਿਹਾ ਪ੍ਰੈਜ਼ੈਂਟ ਆ ATP ਨੂੰ ਆਪਾਂ ਕਿ ਹਾਈਡਰੋਲਾਈਸ ਕਰਨਾ ਹੈ ਕਾਦੇ ਵਿੱਚ ADP ਦੇ ਵਿੱਚ ਤੇ ਫਾਸਫੇਟ ਗਰੁੱਪ ਦੇ ਵਿੱਚ ADP ਨੂੰ ਆਪਾਂ ਕਿ ਬਾਹਰੋਂ ਕਾਰਡੀਟੋਨਿਕ ਸਟੀਰੋਇਡ ਜਿਹੜੇ ਇਨ ਗਰੁੱਪ ਆ ਉਹ ਕਿ ਇਨਹਿਬਿਟ ਇਨਹਿਬਿਟ ਕਰ ਰਿਹਾ ਫ੍ਰੋਮ ਇਨਹਿਬਿਟ ਕਰ ਰਿਹਾ ਫ੍ਰੋਮ ਆਊਟਸਾਈਡ ATP ਜਿਹੜੇ ਕਿ ਸੋਡੀਅਮ ਆਇਨਸ ਉਹਨਾਂ ਦਾ ਟ੍ਰਾਂਸਫਰ ਹੋਣਾ ਆਊਟਸਾਈਡ ਦਾ ਸੈੱਲ ਤੇ ਪੋਟਾਸ਼ੀਅਮ ਆਇਨਸ ਕਿਆ ਟ੍ਰਾਂਸਫਰ ਹੋਣਾ ਉਹਨਾਂ ਦਾ ਇਨਸਾਈਡ ਦਾ ਸੈੱਲ ATP ਕਿ ਆ ਆਪਣੇ ਕੋਲ ਹਮੇਸ਼ਾ ਇਨਸਾਈਡ ਦਾ ਸੈੱਲ ਪ੍ਰੈਜ਼ੈਂਟ ਹੁੰਦਾ ਹੈ ਕਨਸੈਂਟ੍ਰੇਸ਼ਨ ਨੂੰ ਮੇਨਟੇਨ ਕਰਨ ਦੇ ਲਈ ਸੋਡੀਅਮ ਆਇਨ ਟ੍ਰਾਂਸਫਰ ਹੋ ਰਿਹਾ ਆਊਟਸਾਈਡ ਦਾ ਸੈੱਲ ਤੇ ਪੋਟਾਸ਼ੀਅਮ ਆਇਨ ਕਿਆ ਇਨਸਾਈਡ ਦਾ ਸੈੱਲ ਇਹ ਕੇ ਡਾਇਗਰਾਮੈਟਿਕ ਰਿਪਰੈਜ਼ੈਂਟੇਸ਼ਨ ਆਫ ਸੋਡੀਅਮ ਪੋਟਾਸ਼ੀਅਮ ਪੰਪ ਅੱਗੇ ਹੁਣ ਆਪਣੇ ਕੋਲ ਆਉਂਦਾ ਹੈ ਮੈਕੈਨਿਜ਼ਮ ਆਫ ਸੋਡੀਅਮ ਪੋਟਾਸ਼ੀਅਮ ਪੰਪ ਨਾ ਬਿਕੋਜ਼ ਆਫ ਕੰਪਲੈਕਸਿਟੀ ਆਫ ਦਾ ਸੈਲ ਮੈਂਬਰੇਨ ਕਿ ਇਹ ਨਾ ਕਿ ਮੈਂ ਜਿਹੜਾ ਕਿ ਮੈਂ ਮੈਕੈਨਿਜ਼ਮ ਵੀ ਹੋ ਗਿਆ ਬੜਾ ਕਿ ਕੰਪਲਿਕੇਟਿਡ ਹੁੰਦਾ ਹੈ ਠੀਕ ਆ ਦਾ ਬੇਸਿਸ ਆਫ ਦਾ ਮੈਕੈਨਿਜ਼ਮ ਇਜ਼ ਦੈਟ ਸੋਡੀਅਮ ਆਇਨ ਐਂਡ ਪੋਟਾਸ਼ੀਅਮ ਆਇਨ ਐਟੀਪੀ ਫੋਸਫੋਰਾਈਟਡ ਬਾਈ ਐਟੀਪੀ ਇਨ ਦਾ ਪ੍ਰੈਜ਼ੈਂਸ ਆਫ ਸੋਡੀਅਮ ਆਇਨ ਐਂਡ ਮੈਗਨੀਸ਼ੀਅਮ ਆਇਨਸ the site of phosphorylation is the side chain of a specific aspartic residue e sab to kela, pehla ki hai jehdi phosphorylation honi hai ए प्रेजेंस इन द प्रेजेंस ऑफ सोडियम आयन एंड मैगनीशियम आइन तो उस बाद इन्हों की डीफोसफराइजेष होनी है इन द प्रेजेंस ऑफ पोटाशियम तो पहला किया एंजाइम किया ई प्लस ए टी पी अडिनोसाइन ट्राईफोसफेट किया फोसफाइजे होनी है इन द प्रेजेंस ऑफ सोडियम आइनस एंड मैगनीशियम आइनस तो इन्होंने जो किया अपने को फोसफराइजे होनी है जो अपने कोई ग्रु इंटर ग्रुप होना अपने प्रोवाइड तो एडीपी एडीपी की अपने को इंटरमीडिएट आप इन आपने फोसफोराइे फोसफोरालाइजेन किया एटीपी मोलीक्यूल ਤੇ ਈ ਨੂੰ ਕੀ ਆ ਪੰਗਿਆ ਹਾਈਡਰੋਲਿਸਿਸ ਹੋਣੀ ਹੈ ਇਨ ਦਾ ਪ੍ਰੈਜ਼ੈਂਸ ਆਫ ਸੋਡੀਅਮ ਆਈ ਐਂਡ ਮੈਗਨੀਸ਼ੀਅਮ ਆਈਸ ਉਹਨੇ ਆਪਾਂ ਨੂੰ ਕੀ ਦੇਣਾ ਈਪੀ ਗਰੁੱਪ ਦੇਣਾ ਹੈ ਤੇ ਏਡੀਪੀ ਨਾਲ ਐਡੀਨੋਸਾਈਨ ਡਾਈਫੋਸਫੇਟ ਕੀਆ ਦੇਣਾ ਹੈ ਆਪਾਂ ਨੂੰ ਉਸ ਤੋਂ ਬਾਅਦ ਕੀ ਹੈ ਜਿਹੜਾ ਇਨ ਇਹਨੇ ਅਗੇਨ ਹਾਈਡਰੋਲਿਸਿਸ ਹੋਣੀ ਆ ਈਪੀ ਪਲੱਸ ਐਚ2ਓ ਇਨ ਦਾ ਪ੍ਰੈਜ਼ੈਂਸ ਆਫ ਪੋਟਾਸ਼ੀਅਮ ਆਈਸ ਇਹਨੇ ਆਪਾਂ ਨੂੰ ਦੇਣਾ ਹੈ ਐਂਜ਼ਾਈਮ ਤੇ ਫਾਸਫੇਟ ਗਰੁੱਪ ਇਨੂੰ ਆਪਾਂ ਕਿਹਦੇ ਨਾਲ ਹੈ ਡੀ ਫਾਸਫੋ ਰਾਈਲੇਸ਼ਨ ਡੀ ਫਾਸਫੋ ਰਾਈਲੇਸ਼ਨ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਜਿਹੜਾ ਕਿ ਏਡੀਬੀ ਮੋਲੀਕਿਊਲ ਆ ਫਸਟ ਫੋਸਫੋਰਾਈਡੇਟਨ ਹੁੰਦਾ ਹੈ ਇਨ ਦਾ ਪ੍ਰੈਜ਼ੈਂਸ ਆਫ ਸੋਡੀਅਮ ਆਇਨ ਐਂਡ ਮੈਗਨੀਸ਼ੀਅਮ ਆਇਨਸ ਇਨ ਦਾ ਫਾਰਮੇਸ਼ਨ ਆਫ ਇੰਟਰਮੀਡੀਏਟ ਐਂਡ ਏਡੀਬੀ ਮੋਲੀਕਿਊਲ ਤੇ ਉਸ ਤੋਂ ਬਾਅਦ ਕੀ ਹੈ ਜਿਹੜਾ EEP ਜਿਹੜਾ EP ਇੰਟਰਮੀਡੀਏਟ ਆ ਉਹ ਉਹਦੀ ਕੀ ਹਾਈਡਰੋਲਿਸਿਸ ਹੁੰਦੀ ਆ ਇਨ ਦਾ ਪ੍ਰੈਜ਼ੈਂਸ ਆਫ ਪੋਟਾਸ਼ੀਅਮ ਆਇਨਸ ਜਿਹੜਾ ਕੀ ਆਪਣੇ ਕੋਲ ਦਿੰਦਾ ਹੈ ਐਨਜ਼ਾਈਮ ਤੇ ਫਾਸਫੇਟ ਗਰੁੱਪ ਕਹਿੰਦਾ ਅਕੋਰਡਿੰਗ ਟੂ ਥਿਸ ਮੈਕੈਨਿਜ਼ਮ ਦਾ ATP ਮੋਲੀਕੂਲਸ ਫਸਟ ਗੈਸ ਫਾਸਫੋਰੀਲੇਟਡ ਕਹਿੰਦਾ ਗੇ ਮਕੈਨਿਜ਼ਮ ਦੇ ਅਕੋਰਡਿੰਗ ਜਿਹੜਾ ਏਟੀਪੀ ਮੋਲੀਕਿਊਲਸ ਉਹ ਕਿਹਾ ਫਰਸਟ ਫਾਸਫੋਰੀਲੇਟਡ ਹੁੰਦੇ ਆ ਤੇ ਇਟ ਹੈਸ ਬੀਨ ਸਟੱਡੀਡ ਥੈਟ ਸੋਡੀਅਮ ਆਇਨ ਐਂਡ ਮੈਗਨੀਸ਼ੀਅਮ ਆਇਨਸ ਆਰ ਨੈਸੈਸਰੀ ਫੋਰ ਦਾ ਫਾਰਮੇਸ਼ਨ ਆਫ ਦਾ ਇੰਟਰਮੀਡੀਏਟ ਐਂਡ ਪੋਟਾਸ਼ੀਅਮ ਆਇਨਸ ਆਰ ਨੈਸੈਸਰੀ ਫੋਰ ડીਫਾਸਫੋਰੀਲੇਸ਼ਨ ਆਫ ਇੰਟਰਮੀਡੀਏਟ ਜਿਹੜਾ ਕਿ ਸੋਡੀਅਮ ਆਇਨ ਤੇ ਮੈਗਨੀਸ਼ੀਅਮ ਆਇਨਸ ਕਿਹਾ ਫਾਸਫੋਰੀਲੇਸ਼ਨ ਦੇ ਵਿੱਚ ਕੀ ਆ ਨੈਸੈਸਰੀ ਹੁੰਦੇ ਆ ਜਦਕਿ ਜਿਹੜਾ ਪੋਟਾਸ਼ੀਅਮ ਆਇਨਸ ਆ ਉਹ ડીਫਾਸਫੋਰੀਲੇਸ਼ਨ ਦੇ ਵਿੱਚ ਕੀ ਆ ਨੈਸੈਸਰੀ ਆ potassium ions to bina dephosphorylation nahi ho sakti as already studied during the reaction 3 na positive and 2 k positive are transported par atp hydrolyze jadon kanda jada atp molecule hydrolyze hunda ya aa dekho jadon atp molecule hydrolyze hunda ya to ke transfer karda ya 2 potassium ions 3 sodium ions ਥੇਰਫੋਰ ਦਾ ਪੰਪ ਜਨਰੇਟਸ ਐਨ ਇਲੈਕਟ੍ਰਿਕ ਕਰੰਟ ਅਕਰੋਸ ਦਾ ਪਲਾਜ਼ਮਾ ਜਦੋਂ ਇਹਨਾਂ ਮੋਲੀਕਿਊਲਸ ਦਾ ਟ੍ਰਾਂਸਫਰ ਹੁੰਦਾ ਹੈ ਸੋਡੀਅਮ ਆਇਨ ਤੇ ਪੋਟਾਸ਼ੀਅਮ ਆਇਨ ਦੇ ਮੋਲੀਕਿਊਲਸ ਆ ਤਾਂ ਕਿ ਇਹ ਜਿਹੜਾ ਕੀ ਆ ਇਲੈਕਟ੍ਰਿਕ ਕਰੰਟ ਜਿਹੜਾ ਆਊਟਸਾਈਡ ਦਾ ਉਹ ਪਲਾਜ਼ਮਾ ਉਹ ਕੀ ਜਨਰੇਟ ਹੁੰਦਾ ਆ ਇਨ ਅਦਰ ਵਰਡ ਸੋਡੀਅਮ ਆਇਨ ਐਂਡ ਪੋਟਾਸ਼ੀਅਮ ਆਇਨ ਏਟੀਪੀਸ ਪੰਪ ਇਸ ਇਲੈਕਟ੍ਰੋਜੈਨਿਕ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸੋਡੀਅਮ ਆਇਨ ਤੇ ਪੋਟਾਸ਼ੀਅਮ ਆਇਨ ਪੰਪ ਆ ਕਿਉਂ ਕਿ ਇਲੈਕਟ੍ਰੋਜੈਨਿਕ ਆ ਈਚ ਆਪਰੇਸ਼ਨ ਆਫ ਦਾ ਸੈਲ ਪੰਪਸ ਆਊਟ ਲਾਰਜਰ ਨੰਬਰ ਆਫ ਸੋਡੀਅਮ ਆਇਨਸ ਫਰਮ ਦਾ ਸੈਲ ਦੈਨ ਦਾ ਨੰਬਰ ਆਫ ਪੋਟਾਸ਼ੀਅਮ ਆਇਨਸ ਥੈਟ ਇਟ ਪੰਪਸ ਇਨਟੂ ਦਾ ਸੈਲ ਕਹਿੰਦਾ ਜਿਹੜਾ ਕਿ ਸੋਡੀਅਮ ਪੋਟਾਸ਼ੀਅਮ ਪੰਪ ਦੇ ਵਿੱਚ ਕੀ ਆਪਣੇ ਕੋਲ ਕੀ ਆ ਲਾਰਜਰ ਨੰਬਰ ਆਫ ਸੋਡੀਅਮ ਆਇਨਸ ਕੀ ਆ ਜਿਹੜੇ ਕਿ ਆਪਾਂ ਪੰਪ ਕਰਦੇ ਆ ਆਊਟਸਾਈਡ ਦਾ ਸੈਲ ਜਦਕੀ ਜਿਹੜੇ ਪੋਟਾਸ਼ੀਅਮ ਆਇਨਸ ਦੀ ਜਿਹੜੀ ਗਿਣਤੀ ਹੁੰਦੀ ਉਹ ਕੀ ਹੈ ਕਿ ਬਹੁਤ ਘੱਟ ਹੁੰਦੀ ਹੈ ਐਜ਼ ਕੰਪੇਅਰਡ ਟੂ ਪੋਟਾਸ਼ੀਅਮ ਆਇਨਸ ਐਜ਼ ਅ ਰਿਜ਼ਲਟ ਦਾ ਇੰਟੀਰੀਅਰ ਆਫ ਦਾ ਸੈੱਲ ਅਕਵਾਇਰਸ ਐਨ ਐਕਸੈਸਿਵ ਨੈਗੇਟਿਵ ਚਾਰਜ ਸੋਡੀਅਮ ਆਇਨਸ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਪੰਪ 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 ਦੇ ਵਿੱਚ ਜਦਕੀ ਜਿਹੜੀ ਕਿ ਪੋਟਾਸ਼ੀਅਮ ਆਇਨਸ ਦੀ ਪੰਪ ਗਿਣਤੀ ਹੁੰਦੀ ਹੈ ਉਹ ਪੰਪ ਦੇ ਵਿੱਚ ਬਹੁਤ ਘੱਟ ਹੁੰਦੀ ਹੈ ਐਜ਼ ਅ ਰਿਜ਼ਲਟ ਕਰਦਾ ਜਿਹੜਾ ਇੰਟੀਰੀਅਰ ਆਫ ਦਾ ਸੈੱਲ ਆ ਅਕਵਾਇਰਸ ਆ ਕਰਦਾ ਹੈ ਐਕਸੈਸਿਵ ਨੈਗੇਟਿਵ ਚਾਰਜ ਵਾਈਲ ਇੰਟੀਰੀਅਰ ਆਫ ਦਾ ਸੈਲ ਦੇ ਵਿੱਚ ਆਪਾਂ ਨੂੰ ਕੀ ਚਾਹੀਦਾ ਹੁੰਦਾ ਹੈ ਐਕਸੈਸਿਵ ਨੈਗੇਟਿਵ ਚਾਰਜ ਤੇ ਐਕਸਟੀਰੀਅਰ ਆਫ ਦਾ ਸੈਲ ਦੇ ਵਿੱਚ ਆਪਾਂ ਨੂੰ ਚਾਹੀਦਾ ਐਕਸੈਸਿਵ ਪੋਜ਼ਿਟਿਵ ਚਾਰਜ ਜਿਸ ਰਿਜ਼ਲਟ ਇਨ ਦਾ ਡਿਵੈਲਪਮੈਂਟ ਆਫ ਇਲੈਕਟ੍ਰੀਕਲ ਪੋਟੈਂਸ਼ੀਅਲ ਗ੍ਰੇਡੀਐਂਟ ਅਕ੍ਰੋਸ ਦਾ ਸੈਲ ਮੈਂਬਰੇਨ ਐਜ਼ ਅ ਰਿਜ਼ਲਟ ਕਿਹੜਾ ਕੀ ਹੈ ਜਿਹੜਾ ਇਲੈਕਟ੍ਰੀਕਲ ਪੋਟੈਂਸ਼ੀਅਲ ਗ੍ਰੇਡੀਐਂਟ ਆਊਟਸਾਈਡ ਦਾ ਸੈਲ ਡਵੈਲਪ ਹੁੰਦਾ ਹੈ ਵਿਚ ਇਜ਼ ਰਿਸਪੌਂਸਿブル ਫੋਰ ਦਾ ਟ੍ਰਾਂਸਮਿਸ਼ਨ ਆਫ ਨਰਵ ਸਿਗਨਲਸ ਇਨ ਦਾ ਐਨੀਮਲਸ ਆ ਸੋਡੀਅਮ ਆਇਨ ਤੇ ਪੋਟਾਸ਼ੀਅਮ ਆਇਨ ਤੇ ਟ੍ਰਾਂਸਪੋਰਟ ਟ੍ਰਾਂਸਫਰ ਦੇ ਕਰਕੇ ਆਪਣੇ ਕੋਲ ਕੀ ਆ ਨਰਵ ਸੈੱਲ ਦੇ ਟ੍ਰਾਂਸਮਿਸ਼ਨ ਟ੍ਰਾਂਸਮਿਸ਼ਨ ਹੁੰਦਾ ਆ ਇੱਕਾਦੇ ਵਿੱਚ ਐਨੀਮਲਸ ਦੇ ਵਿੱਚ ਤਾਂ ਇੰਪੋਰਟੈਂਟ ਫੀਚਰਸ ਆਫ ਦਾ ਪੰਪ ਇਜ਼ ਥੈਟ ਏਟੀਪ ਇਜ਼ ਨੋਟ ਹਾਈਡਰੋਲਾਈਜ਼ ਅਨਲੈਸ ਸੋਡੀਅਮ ਐਂਡ ਪੋਟਾਸ਼ੀਅਮ ਮਾਈਨਸ ਟ੍ਰਾਂਸਪੋਰਟਰ ਏਟੀਪ ਮੋਲੀਕੂਲ ਕਹਿੰਦਾ ਉਦੋਂ ਤੱਕ ਨਹੀਂ ਹਾਈਡਰੋਲਾਈਜ਼ ਹੋ ਸਕਦਾ ਜਦੋਂ ਤੱਕ ਸੋਡੀਅਮ ਐਂਡ ਪੋਟਾਸ਼ੀਅਮ ਮਾਈਨਸ ਪ੍ਰੈਜ਼ੈਂਟ ਨਾ ਹੋ ਸਕੇ ਇਨ ਅਦਰ ਵਰਡ ਥੈਟ ਸਿਸਟਮ ਇਜ਼ ਕਪਲਡ ਜਿੱਦ ਤੱਕ ਆਪਾਂ ਇਹ ਕਹਿ ਸਕਦੇ ਜਿਹੜਾ ਕਿ ਆਪਣੇ ਕੋਲ ਸਿਸਟਮ ਹੋ ਕੇ ਕਪਲਡ ਆ ਤਾਂ એનર્ਜੀ ਸਟੋਰਡ ਇਨ ਏਟੀਪ ਇਜ਼ ਓਨਲੀ ਡਿਸਿਪੇਟਡ ਇਫ ਦਾ ਪੰਪ ਵਰਕਸ ਕਹਿੰਦਾ ਜਿਹੜੀ ਏਟੀਪ ਦੀ એનર્ਜੀ ਉਦੋਂ ਬ੍ਰੇਕ ਕਰੂਗਾ ਜਦੋਂ ਕਿ ਪੰਪ ਵਰਕ ਕਰੂਗਾ ਜਦ ਤੱਕ ਆਪਣੇ ਕੋਲ ਪੰਪ ਵਰਕ ਨਹੀਂ ਕਰੂਗਾ ਉਦੋਂ ਤੱਕ એનર્ਜੀ ਗਿਆ ATP ਦੀ ਬ੍ਰੇਕ ਨਹੀਂ ਹੋਗੀ ਦਾ ਸੋਡੀਅਮ ਆਇਨ ਐਂਡ ਪੋਟਾਸ਼ੀਅਮ ਆਇਨ ਗਰੁੱਪ ਇਜ਼ ਆਲਸੋ ਰਿਵਰਸਿਬਲ ਸੋ ਥੈਟ ਇਟ ਇਜ਼ ਸਿੰਥਸਾਈਜ਼ ATP ਜਿਹਦਾ ਕਿ ਆਪਾਂ ਪਹਿਲੀ ਡਿਸਕਸ ਕਰ ਸਕਦੇ ਆ ਜਿਹੜਾ ਕਿ ਸੋਡੀਅਮ ਆਇਨ ਤੇ ਪੋਟਾਸ਼ੀਅਮ ਆਇਨ ਪੰਪ ਕੀ ਹੈ ਕਹਿੰਦਾ ਰਿਵਰਸਿਬਲ ਹੁੰਦਾ ਤਾਂ ਕਿ ਆਪਾਂ ਕੀ ਆ ADP ਤੋਂ ADP ਤੋਂ ATP ਲੈ ਸਕੀਏ ਠੀਕ ਆ the synthesis of atp from adp and phosphate group can occurs when ionic gradients are very steep ka jane je atp nu apa adp te phosphate group ton ode hi prapat kar sakde jadon ki ionic gradients are very steep ja fir ja fir falling karde hove ja fir increasing karde hove this can be achieved by incubating red cells in a medium containing a much higher then a normal concentration of sodium ions and much lower than normal concentration of potassium ions ye apa udai kar sade jadon ki apa red blood cells nu ik edda de medium de vich rakhiye jehdi ki jedi ki jede de vich ki hai sodium ions di concentration normal concentration de naal zyada hove te potassium jes medium de vich potassium ions di concentration normal de naal ਕਟ ਹੋਵੇ ਇਹ ਇਦਾਂ ਦੇ మీడియం ਦੇ ਵਿੱਚ ਆਪਾਂ ਰੱਖ ਕੇ ਕੀਆ ਜਿਹੜੇ ਪੰਪ ਨੂੰ ਗਿਆ ਜਿਸ ਰਿਵਰਸ ਕਰ ਸਕਦੇ ਆਂ ਤੇ ਏਟੀਪੀ ਤੇ ਏ ਏਡੀਪੀ ਤੋਂ ਆਪਾਂ ਏਟੀਪੀ ਪ੍ਰਾਪਤ ਜੇ ਆਪਾਂ ਏਡੀਪੀ ਤੋਂ ਏਟੀਪੀ ਪ੍ਰਾਪਤ ਕਰਨਾ ਹੈ ਤਾਂ ਸੈੱਲ ਮੈਂਬਰੇਨ ਨੂੰ ਰੈਡ ਸੈੱਲ ਨੂੰ ਸੌਰੀ ਰੈਡ ਸੈੱਲ ਨੂੰ ਰੈਡ ਸੈੱਲ ਨੂੰ ਆਪਾਂ ਇਦਾਂ ਦੇ మీడియం ਦੇ ਵਿੱਚ ਰੱਖਣਾ ਹੈ ਜਿਹਦੇ ਵਿੱਚ ਕੀ ਆ higher concentration ਜਿਹਦੇ ਵਿੱਚ ਕੀ ਹੈ higher concentration of ਸੋਡੀਅਮ ਆਇਨਸ ਹੋਵੇ ਨੋਰਮਲ ਕੰਡੀਸ਼ਨ ਨਾਲੋਂ ਜ਼ਿਆਦਾ ਨੋਰਮਲ ਕੰਸੈਂਟ੍ਰੇਸ਼ਨ ਠੀਕ ਹੈ ਤੇ ਲੋ ਕੰਸੈਂਟ੍ਰੇਸ਼ਨ ਹੋਵੇ ਪੋਟਾਸ਼ੀਅਮ ਆਇਨਸ ਮੱਚ ਲੋਅਰ ਦੈਨ ਨੋਰਮਲ ਕੰਡੀਸ਼ਨਸ ਕੰਡੀਸ਼ਨਸ ਕਹਿ ਸਕਦੇ ਜਾਂ ਨੋਰਮਲ ਕਨਸੈਂਟਰੇਸ਼ਨ ਤੇ ਦਰ ਇਸ ਸਟੈਂਡਰਡ ਕੰਡੀਸ਼ਨਸ ਦੇ ਵਿੱਚ ਅੰਦਰ ਰੱਖ ਕੇ ਆਪਾਂ ਰੈੱਡ ਸੈਲਸ ਨੂੰ ਕੀ ਆਪਾਂ ਏਡੀਪੀ ਤੋਂ ਏਟੀਪੀ ਪ੍ਰਾਪਤ ਕਰ ਸਕਦੇ ਆ ਥੈਂਕ ਯੂ